ਸੋ ਅਸੀਂ ਹੁਣ ਉੱਥੋਂ ਨਿਕਲ ਪਏ ਹਾਂ ਜੀ ਅਤੇ ਸ਼ਾਂਤੀ ਸਤੂਪਾ ਵੱਲ ਜਾ ਰਹੇ ਹਾਂ ਦੂਰ ਜਾਈਏ ਐਵਲੀ ਲੇਨ ਬਹੁਤ ਫੇਮਸ ਹੈ ਜਦੋਂ ਅਸੀਂ ਆਏ ਵੀ ਹਾਂ ਜਾਂ ਤੁਹਾਨੂੰ ਰੈਸਟੋਰੈਂਟ ਦਿਖਾਇਆ ਸੀਗਾ ਜਿੱਥੇ ਅਸੀਂ ਪੀਜ਼ਾ ਖਾਧਾ ਸੀਗਾ ਇੱਥੇ ਜ਼ਿਆਦਾਤਰ ਫੋਰਨਰਸ ਹੀ ਆਉਂਦੇ ਨੇ ਅਤੇ ਬਾਕੀ ਹੁਣ ਇੱਧਰੋਂ ਦੋ ਰਸਤੇ ਹੁੰਦੇ ਵੀ ਨੇ ਇੱਕ ਲੈਫਟ ਇੱਕ ਰਾਈਟ ਆਈ ਥਿੰਕ ਸੋ ਅਸੀਂ ਰਾਈਟ ਜਾਣਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਰਾਈਟ ਜਾਣਾ ਇੱਥੋਂ ਪੁੱਛ ਲਾਂਗੇ ਰਸਤਾ ਤਾਂ ਹੈ ਨਹੀਂ ਤੁਸੀਂ ਰਸਤੂ ਪਾ ਲਿਖਿਆ ਹੋਇਆ ਸ਼ਾਂਤੀ ਸਤੂਪਾ थैंक यू लोग भी काफी आते हैं ना काफी पर रेस्टोरेंट के बाहर लिखा हुआ है वेदर चेक करो तुसी मतलब इस वेदर के बीच जिहड़ी ग्रीनरी है ना वो कितनी अच्छी लग रही है कल तो बहुत धूप सी मतलब बस हो गई सी साड़ी ਤਾਂ ਵੈਦਰ ਹੀ ਬਹੁਤ ਵਧੀਆ ਟੈਨ ਵੀ ਹੋ ਗਈ ਧੁੱਪ ਨਾਲ ਮੇਰੇ ਵਿਊਅਰਸ ਵੀ ਕਹਿਣਗੇ ਕਿ ਮੈਂ ਹਮੇਸ਼ਾ ਕੰਪਲੇਨ ਕਰਦੀ ਹਾਂ ਪੇਪਰ ਲੈਂਡ ਗੈਸ ਹਾਊਸ ਉਹ ਹੀ ਹੋਟਲ ਹੀ ਹੈ ਇੱਥੋਂ ਦੀ ਲੈਫਟ ਲੈਣਾ ਜੀ ਦਰੁਕ ਲਦਾਖ ਅਸੀਂ ਦਰੁਕ ਪਾਂਗ 'ਚ ਰੁਕੇ ਸੀਗੇ ਬਟ ਉਹ ਇੱਕ ਨੋਰਮਲ ਜਿਹਾ ਹੋਮ ਸਟੇਅ ਸੀਗਾ ਇੱਥੇ ਵਧੀਆ ਜਿਹਾ ਹੋਟਲ ਰਿਜ਼ੋਰਟ ਵਗੈਰਾ ਲੱਗ ਰਿਹਾ ਰਿਜ਼ੋਰਟ ਤਾਂ ਨਹੀਂ ਇੱਥੇ ਹੋਟਲਸ ਹੀ ਨੇ ਤੁਸੀਂ ਦੇਖ ਸਕਦੇ ਹੋ ਜੀ ਉੱਪਰ 300 ਉੱਪਰ ਕਾਰ ਜਾਣੀ ਅਲਾਊਡ ਨਹੀਂ ਹੈ ਇੱਥੇ ਤਾਂ ਕੋਈ ਜਾਂਦੀ ਹੈ ਦੇਖੋ ਬਾਈ ਉਹਨਾਂ ਠੀਕ ਹੈ ਸੋ ਟਿਕਟਸ ਅਸੀਂ ਲੈ ਚੁੱਕੇ ਹਾਂ ਜੀ ਟਿਕਟ ਆਈ ਹੈ ਜੀ 30 ਰੁਪੀਜ਼ ਈਚ ਉਹ ਸਾਨੂੰ ਇਹ ਜੱਥਾ ਮਿਲਿਆ ਜੀ ਪੰਜਾਬ ਤੋਂ 10-12 ਜਾਣੇ ਨੇ ਐਂਡ ਸਾਰੇ ਹੀ ਤਕਰੀਬਨ 60-70 ਈਅਰਸ ਦੇ ਕਰੀਬ ਨੇ ਐਂਡ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਕਿ ਸਾਡੇ ਸਿਆਣੇ ਵਡੇਰੇ ਇੱਥੇ ਪਹੁੰਚੇ ਹੋਏ ਨੇ ਐਂਡ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਨਾਲ ਸੋ ਹੁਣ ਹੈਗੇ ਹਾਂ ਜੀ ਅਸੀਂ ਹਾਈਐਸਟ ਸਤੂਪਾ ਇਨ ਦਾ ਵਰਲਡ ਇਹ ਸਤੂਪਾ ਹੈਗਾ ਜੀ 11,800 ਫੀਟ ਦੀ ਉਚਾਈ 'ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਲੇਹ ਸਿਟੀ ਦਾ ਪੂਰਾ ਨਜ਼ਾਰਾ ਨਜ਼ਰ ਆ ਰਿਹਾ ਹਜੇ ਤਾਂ ਅਸੀਂ ਹੋਰ ਉੱਤੇ ਜਾਣਾ ਅਤੇ ਆਓ ਚਲੋ ਦੇਖਦੇ ਹਾਂ ਇਸ ਸਤੂਪਾ ਦੇ ਵਿੱਚ ਇੱਕ ਟੈਂਪਲ ਇਹਨਾਂ ਨੇ ਬਣਾਇਆ ਹੋਇਆ ਸੀ ਬੁੱਧਾ ਜੀ ਦਾ ਬਹੁਤ ਹੀ ਅੱਛਾ ਹੈ ਮਤਲਬ ਅੰਦਰ ਵੜਦੇ ਸਾਰ ਐਂ ਲੱਗ ਰਿਹਾ ਕਿ ਕਿਸੇ ਇੱਕ ਸ਼ਾਂਤਮਈ ਜਗ੍ਹਾ 'ਤੇ ਆ ਗਏ ਹਾਂ ਬਿਲਕੁਲ ਹੀ ਸ਼ਾਂਤੀ ਹੈ ਅਤੇ ਤੁਸੀਂ ਦੇਖੋ
ਵਧੀਆ ਹੋ ਗਿਆ ਵਧੀਆ ਕੋਈ ਨਹੀਂ ਜਿਹੜੀਆਂ ਬੁੱਢੀਆਂ ਗੱਡੀਆਂ ਹੁੰਦੀਆਂ ਨਾ ਉਹ ਅੱਜ ਕੱਲ੍ਹ ਦੀ ਵੱਡੀਆਂ ਗੱਡੀਆਂ ਦੇ ਵੀ ਕਾਮਯਾਬ ਨਹੀਂ ਹੈਗੀਆਂ ਜਿਹੜੇ ਪੁਰਾਣੇ ਗੱਡੀਆਂ 'ਚ ਇੰਜਨ ਸੀਗੇ ਅੱਜ ਦੀ ਗੱਡੀਆਂ 'ਚ ਇੰਜਨ ਨਹੀਂ ਹੈਗੇ ਹੈਂ ਉਹ ਖਰਦੁੰਗਲਾ ਪਾਸ ਪਾਸ ਕਰਕੇ ਆ ਫਿਰ ਹਾਂ ਨੂਬਰਾ ਨੂਬਰਾ ਇਹ ਇਤਨੇ ਸੋ ਜਿਹੜੇ ਨਾਲ ਦੋ ਮਿਲਟਰੀ ਆਫੀਸਰਸ ਨੇ ਜੀ ਇਹਨਾਂ ਚੋਂ ਇੱਕ ਔਰ ਗੁਰਦੁਆਰਾ ਪੱਥਰ ਸਾਹਿਬ ਦੇ ਇੰਚਾਰਜ ਹੈਗੇ ਨੇ ਅਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਕਿ ਕੱਲ੍ਹ ਦਾ ਦਿਨ ਸੰਗਤ ਬਹੁਤ ਹੁੰਦੀ ਹੈ ਕਿਉਂਕਿ ਕੱਲ੍ਹ ਸੰਡੇ ਆ ਇਸ ਕਰਕੇ ਉੱਥੇ ਕੀਰਤਨ ਵੀ ਹੁੰਦਾ ਐਂਡ ਬਾਅਦ 'ਚ ਲੰਗਰ ਵੀ ਹੁੰਦਾ ਸੋ ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਕਿ ਤੁਸੀਂ ਜ਼ਰੂਰ ਆਇਓ ਅਤੇ ਮੈਨੂੰ ਮਿਲ ਕੇ ਜਾਇਓ ਐਂਡ ਸਾਡਾ ਵੀ ਵੈਸੇ ਸੀਗਾ ਹੀ ਵੀ ਅਸੀਂ ਕੱਲ੍ਹ ਗੁਰਦੁਆਰਾ ਸਾਹਿਬ ਜਾਵਾਂਗੇ ਬਟ ਚਲੋ ਇੱਕ ਬਹਾਨਾ ਮਿਲ ਗਿਆ ਉਹਨਾਂ ਨੂੰ ਮਿਲ ਕੇ ਵੀ ਆਵਾਂਗੇ ਐਂਡ ਦਰਸ਼ਨ ਵੀ ਕਰਕੇ ਆਵਾਂਗੇ ਸੋ ਤੁਸੀਂ ਵੈਦਰ ਚੈੱਕ ਕਰ ਸਕਦੇ ਹੋ ਵੈਦਰ ਬਹੁਤ ਹੀ ਅੱਛਾ ਐਂਡ ਇੱਕ ਤਰ੍ਹਾਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਲੱਕੀ ਹਾਂ ਕਿ ਅਸੀਂ ਇਸ ਮਹੀਨੇ ਇੱਥੇ ਆਏ ਹਾਂ ਕਿਉਂਕਿ ਇਸ ਟਾਈਮ ਟੂਰਿਸਟ ਬਹੁਤ ਹੀ ਘੱਟ ਹੈ ਕਿਉਂਕਿ ਆਲਮੋਸਟ ਕਲੋਜ਼ਿੰਗ ਦੇ ਨੇੜੇ ਹੈ ਕਿਉਂਕਿ ਕਹਿੰਦੇ ਨੇ ਨਵੰਬਰ 15 ਤੋਂ ਬਾਅਦ ਤਕਰੀਬਨ ਹੋਟਲ ਕਲੋਜ਼ ਹੋ ਜਾਂਦੇ ਆ ਸੋ ਜਿਹੜੇ ਇੱਥੇ ਦੇ ਲੋਕਲ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਟਾਈਮ ਟੂਰਿਸਟ ਘੱਟ ਹੈ ਤੁਸੀਂ ਆਰਾਮ ਨਾਲ ਫੋਟੋਜ਼ ਵਗੈਰਾ ਖਿਚਾ ਸਕਦੇ ਹੋ ਕਿਉਂਕਿ ਜਦੋਂ ਟੂਰਿਸਟ ਇੱਥੇ ਬਹੁਤ ਜ਼ਿਆਦਾ ਹੁੰਦੇ ਨੇ ਜਿਵੇਂ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਉਦੋਂ ਫੋਟੋਜ਼ ਵੀ ਅੱਛੀ ਤਰ੍ਹਾਂ ਨਹੀਂ ਆਉਂਦੀਆਂ ਕਿਉਂਕਿ ਵਿਊਜ਼ ਵੀ ਅੱਛੀ ਤਰ੍ਹਾਂ ਦੇ ਨਹੀਂ ਬਣਦੇ ਕਿਉਂਕਿ ਜਿੱਦਾਂ ਅਸੀਂ ਫੋਟੋ ਖਿੱਚਦੇ ਹਾਂ ਪਿੱਛੋਂ ਕੋਈ ਨਾ ਕੋਈ ਬੈਕਗਰਾਊਂਡ ਦੇ ਵਿੱਚ ਆ ਜਾਂਦਾ ਅਤੇ ਕਿਸੇ ਨੂੰ ਕੁਛ ਕਹਿ ਵੀ ਨਹੀਂ ਸਕਦੇ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਟੂਰਿਸਟ ਵੀ ਬਹੁਤ ਘੱਟ ਨੇ ਐਂਡ ਪੂਰਾ ਅਸੀਂ ਟਾਈਮ ਲੈ ਰਹੇ ਹਾਂ ਆਪਣਾ ਸੋ ਇਹਦੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਫਾਇਦਾ ਇਹੀ ਹੈ ਕਿ ਪੂਰੀ ਸਪੇਸ ਮਿਲ ਰਹੀ ਹੈ ਐਂਡ ਨੁਕਸਾਨ ਇਹੀ ਹੈ ਕਿ ਟੂਰਿਸਟ ਘੱਟ ਹੋਣ ਕਰਕੇ ਸਾਨੂੰ ਇਹ ਲੱਗ ਰਿਹਾ ਕਿ ਹਾਂ ਵੀ ਟੂਰਿਸਟ ਪਲੇਸ ਨਹੀਂ ਹੈ ਕਿ ਬੜੇ ਘੱਟ ਟੂਰਿਸਟ ਨੇ ਸੋ ਠੀਕ ਹੈ ਅੱਛਾ ਵੀ ਹੈ ਕਿ ਆਰਾਮ ਨਾਲ ਅਸੀਂ ਦੇਖ ਰਹੇ ਹਾਂ ਕੋਈ ਭੱਜ ਨੱਠ ਨਹੀਂ ਹੈ ਕੋਈ ਜ਼ਿਆਦਾ ਕਰਾਊਡ ਨਹੀਂ ਹੈ ਬਹੁਤ ਅੱਛਾ ਲੱਗ ਰਿਹਾ ਐਂਡ ਤੁਸੀਂ ਵਿਊ ਦੇਖ ਸਕਦੇ ਹੋ ਚਾਰਾਂ ਪਾਸੋਂ ਪੂਰਾ ਲੇਹ ਸਿਟੀ ਦਿਖ ਰਿਹਾ ਇੱਥੋਂ ਦੀ ਤਕਰੀਬਨ ਆਲਮੋਸਟ ਅਸੀਂ 12,000 ਫੀਟ 'ਤੇ ਹਾਂ ਅਤੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਠੰਡ ਵੀ ਬਹੁਤ ਹੈ ਅਤੇ ਜਿਹੜੀ ਵਿੱਚ ਡਿਸਟਰਬੈਂਸ ਹੋ ਰਹੀ ਹੈ ਉਹਦੇ ਲਈ ਸੋਰੀ ਬਟ ਇਹਦੇ ਕੁਛ ਕਰ ਨਹੀਂ ਸਕਦੇ ਅਤੇ ਇੱਥੋਂ ਦੀ ਬਿਲਕੁਲ ਲੇਹ ਸਿਟੀ ਦਾ ਪੂਰਾ ਨਜ਼ਾਰਾ ਦਿਖੇਗਾ ਤੁਹਾਨੂੰ ਇੱਕ ਇੱਕ ਚੀਜ਼ ਦਿਖੇਗੀ ਲੇਹ ਸਿਟੀ ਦੀ ਐਂਡ ਇਹ ਬਿਲਕੁਲ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਸੋ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੋਣਾ ਕਿ ਇਹਦਾ ਨਾਮ ਸ਼ਾਂਤੀ ਸਤੂਪਾ ਕਿਉਂ ਹੈ ਸ਼ਾਂਤੀ ਦਾ ਪ੍ਰਤੀਕ ਹੈ ਵਰਲਡ 'ਚ ਪੀਸ ਰਹੇ ਉਹਦੇ ਲਈ ਇਹ ਸਤੂਪਾ ਬਣਾਇਆ ਗਿਆ ਸੀ ਇਹ ਸਤੂਪਾ 1983 ਦੇ ਵਿੱਚ ਇਹਦੀ ਨੀਂਹ ਪੱਥਰ ਰੱਖਿਆ ਗਿਆ ਸੀਗਾ ਐਂਡ 1991 ਦੇ ਵਿੱਚ ਇਹ ਕੰਪਲੀਟ ਹੋਇਆ ਸੀਗਾ ਇਹਦੀ ਇਨੋਗਰੇਸ਼ਨ ਹੋਈ ਸੀਗੀ ਅਤੇ ਵਰਲਡ ਹਾਈਐਸਟ ਸਤੂਪਾ ਉਹ ਵੈਦਰ ਬਹੁਤ ਹੀ ਅੱਛਾ ਹੈ ਜੀ ਹਵਾ ਠੰਡੀ ਚੱਲ ਰਹੀ ਹੈ ਇਸ ਟਾਈਮ ਇੱਕ ਕੱਪ ਚਾਹ ਮਿਲ ਜਾਂਦਾ ਨਾ ਅਤੇ ਮਜ਼ਾ ਹੀ ਆ ਜਾਣਾ ਸੀਗਾ ਪਰ ਕੁਛ ਕਰ ਨਹੀਂ ਸਕਦੇ ਕੈਫੇ ਬੰਦ ਹੈ ਨੀਚੇ ਉਹਨਾਂ ਨੂੰ ਪੁੱਛਿਆ ਬਟ ਉਹ ਕਹਿੰਦੇ ਕਿ ਕੈਫੇ ਬੰਦ ਹੋ ਚੁੱਕਾ ਹੁਣ ਅਗਲੇ ਸੀਜ਼ਨ 'ਚ ਹੀ ਖੁੱਲ੍ਹੇਗਾ ਸੋ ਆਓ ਨਜ਼ਾਰੇ ਲੈਂਦੇ ਹਾਂ ਹਵਾ ਦੇ ਕਿਉਂਕਿ ਟਾਈਮ ਸਾਨੂੰ ਬਹੁਤ ਹੀ ਖੁੱਲ੍ਹਾ ਮਿਲਿਆ ਇੰਜੋਏ ਕਰ ਰਹੇ ਹਾਂ ਫੋਟੋਗ੍ਰਾਫਸ ਕਰਾ ਰਹੇ ਹਾਂ ਮਤਲਬ ਇੱਕ ਇੱਕ ਜਗ੍ਹਾ 'ਤੇ ਅਸੀਂ ਪੰਜ ਵਾਰੀ ਫੋਟੋ ਕਰਾਈ ਹੈ ਬਟ ਇਹੀ ਜੇ ਜੂਨ ਜੁਲਾਈ 'ਚ ਆਏ ਹੁੰਦੇ ਤਾਂ ਫਿਰ ਓਬਵੀਅਸਲੀ ਗੱਲ ਹੈ ਕਿ ਸਾਨੂੰ ਟਾਈਮ ਹੀ ਨਹੀਂ ਮਿਲਣਾ ਸੀਗਾ ਕਿਉਂਕਿ ਟੂਰਿਸਟ ਹੀ ਇੰਨੇ ਹੋਣੇ ਸੀਗੇ ਕਿ ਉਹਨਾਂ ਨੇ ਕਹਿਣਾ ਸੀਗਾ ਅਸੀਂ ਫੋਟੋ ਖਿਚਾਉਣੀ ਹੈ ਅਸੀਂ ਫੋਟੋ ਖਿਚਾਉਣੀ ਹੈ
ਸੋ ਅਸੀਂ ਹੁਣ ਸ਼ਾਂਤੀ ਸਤੂਪਾ ਤੋਂ ਨਿਕਲ ਰਹੇ ਹਾਂ ਜੀ। ਹਵਾ ਬਹੁਤ ਤੇਜ਼ ਚੱਲ ਰਹੀ ਹੈ, ਤੁਸੀਂ ਦੇਖ ਸਕਦੇ ਹੋ ਆਵਾਜ਼ ਵੀ ਹੁਣ ਇਸ ਟਾਈਮ ਥੋੜੀ ਜੀ ਸਲੋ ਹੋਈ ਹੈ। ਵੈਦਰ ਬਹੁਤ ਹੀ ਅੱਛਾ ਹੋ ਗਿਆ, ਬੱਦਲ ਨੀਚੇ ਆ ਚੁੱਕੇ ਨੇ ਤੇ ਥੋੜੀ ਥੋੜੀ ਹਵਾ ਠੰਡੀ ਵੀ ਆ ਰਹੀ ਹੈ। ਹੁਣ ਬੱਦਲ ਕਾਲੇ ਕਾਲੇ ਆ ਗਏ, ਮੈਂ ਵੀ ਬਾਰਿਸ਼ ਹੋ ਸਕਦੀ ਹੈ ਤੇ ਨਿਕਲਦੇ ਹਾਂ ਇੱਥੋਂ ਦੀ, ਅੱਗੇ ਦੇਖਦੇ ਹਾਂ ਕਿੱਥੇ ਜਾਂਦੇ ਆ। ਸੋ ਇੱਥੇ ਇੱਕ ਕੈਫੇ ਵੀ ਹੈਗਾ ਬਟ ਅੱਜ ਉਹ ਬੰਦ ਹੈ। ਉਹ ਹੁਣ ਅਸੀਂ ਸ਼ਾਂਤੀ ਸਤੂਪਾ ਤੋਂ ਨਿਕਲ ਕੇ ਅੱਗੇ ਆ ਗਏ ਹਾਂ ਅਤੇ ਇੱਕ ਛੋਟਾ ਜਿਹਾ ਵਿਲੇਜ ਹੈ ਉੱਥੇ ਇਹ ਹੋਟਲ ਬਣਿਆ ਹੋਇਆ ਹੈ। ਇਹ ਸਾਡੇ ਹੋਟਲ ਦਾ ਬੋਰਡ ਹੈ ਜੀ, ਲੋਅਰ ਟੁਕਚਾ ਗਿਆਲੂ ਰੈਜੀਡੈਂਸੀ, ਥੱਲੇ ਫੋਨ ਨੰਬਰ ਲਿਖਿਆ ਹੋਇਆ, ਤੁਸੀਂ ਨੋਟ ਕਰ ਸਕਦੇ ਹੋ। ਵੈਸੇ ਅਸੀਂ ਡਿਸਕ੍ਰਿਪਸ਼ਨ 'ਚ ਵੀ ਪਾ ਦਾਂਗੇ, ਲੋਕੇਸ਼ਨ ਵੀ ਪਾ ਦਾਂਗੇ। ਇਹਨਾਂ ਨੇ ਸਾਨੂੰ ਅਲਾਓ ਕਰਤਾ ਕਿ ਤੁਸੀਂ ਇੱਥੇ ਕੈਂਪਿੰਗ ਕਰ ਸਕਦੇ ਹੋ ਅਤੇ ਅਸੀਂ ਹੁਣ ਇੱਥੇ ਕੈਂਪਿੰਗ ਕਰਾਂਗੇ ਜੀ। ਉਹਨਾਂ ਨੇ ਕਹਿ ਤਾ ਕਿ ਜੇ ਤੁਸੀਂ ਉਹ ਸਾਡਾ ਵਾਸ਼ਰੂਮ ਯੂਜ਼ ਕਰਨਾ, ਵਾਸ਼ਰੂਮ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਸਾਈਟ ਦੇਖ ਸਕਦੇ ਹੋ, ਬਹੁਤ ਹੀ ਅੱਛੀ ਸਾਈਟ ਹੈ ਐਂਡ ਹੋਟਲ ਵੀ ਨਿਊ ਬਿਲਟ ਹੈ, ਜੂਨ 'ਚ ਬਣਿਆ ਹਜੇ। ਰੂਮ ਵੀ ਬਹੁਤ ਅੱਛੇ ਨੇ, ਮੈਂ ਦੇਖਿਆ ਰੂਮ ਉੱਪਰ ਜਾ ਕੇ, ਬਹੁਤ ਸਪੇਸ਼ੀਅਸ ਰੂਮ ਹੈ। ਬਾਕੀ ਮੈਂ ਇਹਦੀ ਵੀਡੀਓ ਵੀ ਪਾਊਂਗਾ ਰੂਮ ਦੀ ਅਤੇ ਬਾਕੀ ਦੇਖਦੇ ਹਾਂ। ਕੱਲ੍ਹ ਦਾ ਸਾਡਾ ਸੀਨ ਹੈ ਜੀ, ਗੁਰਦੁਆਰਾ ਪੱਥਰ ਸਾਹਿਬ ਜਾਵਾਂਗੇ, ਮੈਗਨੈਟਿਕ ਹਿੱਲ ਜਾਵਾਂਗੇ, ਕਿਉਂਕਿ ਜਿੱਦਾਂ ਕਿ ਤੁਹਾਡੇ ਨਾਲ ਫੋਟੋਜ਼ ਸ਼ੇਅਰ ਕੀਤੀਆਂ ਸੀਗੀਆਂ ਸ਼ਾਂਤੀ ਸਤੂਪਾ ਦੀਆਂ, ਉੱਥੇ ਸਾਨੂੰ ਉਹਨਾਂ ਦੇ ਜਿਹੜੇ ਇੰਚਾਰਜ ਹੈਗੇ ਨੇ ਪੱਥਰ ਸਾਹਿਬ ਦੇ, ਉਹ ਮਿਲੇ ਸੀਗੇ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜ਼ਰੂਰ ਆਇਓ, ਵਿਜ਼ਿਟ ਕਰੀਓ, ਕਿ ਕੱਲ੍ਹ ਸੰਡੇ ਹੈ ਅਤੇ ਕੱਲ੍ਹ ਉੱਥੇ ਉਹ ਹੋਣਾ ਕੀਰਤਨ ਵਗੈਰਾ ਹੋਣਾ ਅਤੇ ਤੁਸੀਂ ਲੰਗਰ ਪਾਣੀ ਉੱਥੋਂ ਹੀ ਚੱਕੀਓ ਅਤੇ ਫਿਰ ਅਸੀਂ ਉੱਥੇ ਹੀ ਜਾਵਾਂਗੇ। ਬਾਕੀ ਵੈਦਰ ਤੁਸੀਂ ਚੈੱਕ ਕਰ ਸਕਦੇ ਹੋ, ਵੈਦਰ ਬਹੁਤ ਹੀ ਵਧੀਆ ਹੋ ਗਿਆ, ਪੰਜਾਬੀ 'ਚ ਕਹਾਂ ਦੇ ਘੈਂਟ ਹੋ ਗਿਆ। ਅਤੇ ਇਹ ਗੱਡੀ ਲੱਗੀ ਹੋਈ ਹੈ ਜੀ ਸਾਡੀ, ਇਹਨਾਂ ਦੇ ਛੋਟੇ ਛੋਟੇ ਜਿਹੇ ਖੇਤ ਹੈ, ਇੱਕ ਇਹਨਾਂ ਦਾ ਹੋਮ ਸਟੇਅ ਉਹ ਹੈ, ਇਹ ਦੋ ਬ੍ਰਦਰਸ ਨੇ, ਇੱਕ ਦਾ ਹੋਮ ਸਟੇਅ ਐਵਲਵ ਹੈ, ਇੱਕ ਦਾ ਐਵਲਵ ਹੈ। ਲਓ ਜੀ ਸਾਡੀ ਕੈਂਪਿੰਗ ਤਿਆਰ ਹੋ ਚੁੱਕੀ ਹੈ, ਸੈਟਅਪ ਸਾਰਾ ਤਿਆਰ ਹੈ ਅਤੇ ਆਓ ਦੇਖਦੇ ਹਾਂ ਦਮਨ ਕੀ ਬਣਾ ਰਹੀ ਹੈ। ਇਹ ਦੇਖੋ ਜੀ ਸਾਡਾ ਬਾਹਰ ਦਾ ਸੈਟਅਪ, ਇੱਦਾਂ ਲਾਇਆ ਉੱਪਰ ਟੋਰਚ ਲਾਈ ਹੈ। ਵੈਸੇ ਮੈਂ ਬਲਬ ਲੈ ਕੇ ਆਇਆ ਸੀਗਾ ਬਟ ਉਹ ਆਈ ਥਿੰਕ ਸੋ ਕਿਸੇ ਕਾਰਨ ਕਰਕੇ ਚੱਲਿਆ ਨਹੀਂ ਹੈਗਾ, ਸਵੇਰੇ ਦੇਖਾਂਗੇ ਕਿਉਂ ਨਹੀਂ ਚੱਲਿਆ। ਅਤੇ ਇਹ ਦੇਖੋ ਜੀ ਦਮਨ ਜੀ, ਆਪਾਂ ਲੇਟ ਹੋ ਗਏ ਹਾਂ ਬਹੁਤ ਬਣਾਉਣ ਨੂੰ ਬਟ ਚਲੋ ਦੇਰ ਆਏ ਦਰੁਸਤ ਆਏ, ਮੌਸਮ ਵੀ ਬਹੁਤ ਵਧੀਆ, ਹੁਣੇ ਬਾਰਿਸ਼ ਸ਼ੁਰੂ ਹੋਈ ਸੀ ਅਤੇ ਦਮਨ ਅੰਦਰ ਬੈਠ ਗਈ ਸੀ, ਕਹਿੰਦੀ ਮੈਂ ਅੰਦਰ ਬਹਿ ਕੇ ਬਣਾਉਂਦੀ ਹਾਂ, ਬਾਰਿਸ਼ ਬੰਦ ਹੋਈ। ਵੈਸੇ ਮੈਂ ਬਾਰਿਸ਼ ਲਈ ਇਹ ਲਗਾਇਆ ਸੀਗਾ, ਤੁਸੀਂ ਦੇਖ ਸਕਦੇ ਹੋ ਪੂਰਾ ਇੱਕ ਤਰ੍ਹਾਂ ਦਾ ਕੈਂਪ ਹੈ ਬਾਰਿਸ਼ ਲਈ ਪਹੁੰਚਾਉਣ ਲਈ। ਇਹ ਮੈਂ ਚੇਅਰ ਕੱਢੀ ਸੀ ਆਪਣੇ ਬਹਿਣ ਲਈ, ਇਹ ਸੈਟਅਪ ਹੋ ਚੁੱਕਾ ਸਾਰਾ ਅੰਦਰ, ਇਸ ਟਾਈਮ ਖਲੇਰਾ ਪਿਆ ਹੋਇਆ, ਜਦੋਂ ਸੈਟਅਪ ਹੋ ਜਾਏਗਾ ਫਿਰ ਦਿਖਾ ਦਾਂਗੇ। ਹੁਣ ਖਾਣਾ ਬਣ ਰਿਹਾ, ਮੈਂ ਆਪਣਾ ਦੇਸੀ ਜਵਾੜ ਲਾਇਆ ਸੀ, ਇੱਕ ਪਲਾਈ ਬੋਰਡ ਲੈ ਕੇ ਉੱਤੇ ਰੱਸੀ ਲਾਈ ਸੀਗੀ। ਜੇ ਕਿਸੇ ਨੇ ਇੱਦਾਂ ਬਣਾਉਣਾ ਹੋਏਗਾ ਤਾਂ ਮੈਨੂੰ ਜ਼ਰੂਰ ਕਮੈਂਟ 'ਚ ਦੱਸਿਓ, ਮੈਂ ਵੀ ਇੱਕ ਸਪੈਸ਼ਲ ਵੀਡੀਓ ਬਣਾ ਦਾਂਗਾ ਸਾਰੇ ਸੈਟਅਪ ਦੀ। ਹੁਣ ਅੱਜ ਅਸੀਂ ਇੱਥੇ ਹੈਗੇ ਇਸ ਕਰਕੇ ਅਸੀਂ ਜਿਹੜਾ ਆਪਣਾ ਆਈਸ ਬੋਕਸ ਹੈ ਉਹ ਵੀ ਬਾਹਰ ਰੱਖਤਾ, ਉਹ ਕਹਿੰਦੇ ਕੋਈ ਦਿੱਕਤ ਦੀ ਗੱਲ ਨਹੀਂ ਹੈ। ਸਾਹਮਣੇ ਉਹਨਾਂ ਦਾ ਹੋਟਲ ਹੈ, ਇਹ ਉਹਨਾਂ ਦਾ ਘਰ ਹੈ। ਇਹ ਜੀ ਹੁਣ ਦਮਨ ਮਸਾਲਾ ਪਾ ਰਹੀ ਹੈ, ਕੀ ਪਾਇਆ ਜੀ ਨਾਲ ਦੱਸੀ ਜੋ। ਮੈਂ ਇਹਦੇ ਵਿੱਚ ਨਮਕ, ਮਿਰਚ, ਹਲਦੀ, ਨੋਰਮਲ ਮਸਾਲੇ ਪਾਏ ਆ ਕਿਉਂਕਿ ਕੈਂਪਿੰਗ 'ਚ ਇੰਨਾ ਜ਼ਿਆਦਾ ਆਪਾਂ ਫੈਂਸੀ ਕੁਛ ਕਰ ਨਹੀਂ ਸਕਦੇ। ਦਾ ਵਾਲਾ ਜੀਰਾ ਔਰ ਪਿਆਜ਼ ਟਮਾਟਰ ਦਾ ਤੜਕਾ ਲਗਾਇਆ, ਉਸ ਤੋਂ ਬਾਅਦ ਵਿੱਚ ਨਮਕ, ਮਿਰਚ, ਹਲਦੀ ਔਰ ਕਿਚਨ ਕਿੰਗ ਪਾਇਆ। ਬਸ ਹੁਣ ਮੈਂ ਥੋੜ੍ਹੀ ਦੇਰ ਬਾਅਦ ਆਲੂ ਪਾ ਦਿੰਦੀ ਹਾਂ। ਅੱਛੀ ਤਰ੍ਹਾਂ ਭੁੰਨਣ ਤੋਂ ਬਾਅਦ ਮੈਂ ਆਲੂ ਪਾ ਕੇ ਵਿੱਚ
हूँ मैं थोड़ी देर आलू में अच्छी तरह ये सेक दूँगी, उस तो बाद फिर थोड़ा जहा पानी पा के दो विस्तना दबाऊँगी कुकर में। हेलो जी, साड़ा डिनर रेडी है जी। दम बंदे बनाए जी तरी वाले आलू, तो कल दे चावल बचे सीगे उन्होंने असी मिक्स कर लेने, बहुत ही स्वाद ने। एक चम्मच मैं खा के देखिया, मज़ा आ गया। तो नाल पेपर बोट आमरस, ये कोई ऐड नहीं है उन्होंने, जस्ट हम दिखा रहे हैं। बाकी बार बारिश पै रही है तो मौसम बहुत वधिया है, देखो तुसी देख सकते हो। ऐसी तरपाल जी लाई हुई है ये करके बचा है, डिक्की खोली हुई है। चलो खाने तो फिर मिलते हैं तुम। सो अज का व्लॉग इतने ही एंड करते हैं जी। चैनल नू सबसक्राइब करो, लाइक करो, कमेंट करो एंड अपने फ्रेंड्स एंड फैमिली नाल शेयर करो ज़्यादा तो ज़्यादा। ओके, गुड नाइट, बाय।